McMann goal ਉਹਦੇ ਕੋਲ ਹੈਗਾ ਅੱਜ ਦੇ ਮੈਚ ਦੇ ਵਿੱਚ ਆ ਦੇਖੋ ਤਾਕਤ ਦੇ ਨਾਲ ਖੇਡ ਰਿਹਾ ਅਗਲੇ ਪਾਸੇ ਦੇਣ ਦੀ ਕੋਸ਼ਿਸ਼ ਪਰ ਹੋਮਵਰਕ ਕੋਈ ਗੱਲ ਨਹੀਂ ਬਣੀ ਦੇ ਤੇ ਹੋਰ ਪਨਾਲਟੀ ਲੈਣੀ ਡਕਸ ਨੇ ਬੁਰਲੀ ਕਰ ਗਏ ਗੋਲ ਪਾਵੀ ਮਕਮੈਨ ਦਾ ਦੂਸਰਾ ਮੈਚ ਦਾ 8 ਗੋਲ ਕਰ ਗਏ ਮੇਪਲ ਲੀਫਸ ਤੇ ਰਾਕੋ ਗੁਰੇ ਸੇ ਤੱਕਾ ਮਾਰਿਆ ਸੀਗਾ ਐਂਡ ਦੇ ਵਿੱਚ ਤੇ ਉਹੇ ਕਾਰਨ ਇਸ ਲੜਾਈ ਹੁਣ ਸ਼ੁਰੂ ਹੋ ਗਈ ਮੈਕਸ ਡੋਮੀ ਰਾਕੋ ਗੁਰੇ ਤੇ ਪਿੱਛੇ ਚੱਲ ਰਿਹਾ ਆ ਤੇ ਮੈਨੂੰ ਵੀ ਇਹ ਗੰਦੀ ਖੇਡ ਲੱਗੀ ਕਿ ਪਾਵੀ ਮਕਮੈਨ ਨੇ ਤਾਂ ਗੋਲ ਕਰ ਦਿੱਤਾ ਸੀਗਾ ਥਾਈ ਡੋਮੀ ਦੇਖ ਲਓ ਜਿਸ ਤਰ੍ਹਾਂ ਨਾਂ ਤੁਸੀਂ ਵੀ ਪਹਿਲਾਂ ਲਿਆ ਸੀ ਇਹ ਮੁਕਾਬਲਾ ਦੇਖ ਰਿਹਾ ਸੀ ਪਰ ਇੱਥੇ ਬਾਵੀ ਮਕਮੈਨ ਐਨ ਖੁੱਲ੍ਹਾ ਨੈਟ ਦੇ ਸਾਹਮਣੇ ਗੋਲ ਕਰ ਦਿੱਤਾ ਫਿਰ ਉਸ ਤੋਂ ਬਾਅਦ ਕ੍ਰਾਸ ਚੈੱਕ ਮਾਰਿਆ ਰੈਕੋ ਗੁਰਸ ਨੇ ਇੱਥੇ ਦੇਖ ਲਓ ਬਾਵੀ ਮਕਮੈਨ ਸੋਹਣੀ ਖੇਡ ਪੈਸ ਦਿੱਤਾ ਬੈਕ ਹੈਂਡ ਗੁਰਸ ਤੋਂ ਛੱਡ ਗਿਆ ਸੀ ਹਾਕੀ ਵੀ ਉਹਦੀ ਡਿੱਗ ਗਈ ਸੀ ਉੱਥੇ ਗੁਰਸ ਨੂੰ ਪੈਨਲਟੀ ਮਿਲਣੀ ਸੀਗੀ ਗੋਲ ਕਰ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਇੱਕ ਦੋ ਸਕਿੰਟ ਬਾਅਦ ਧੱਕਾ ਮਾਰਿਆ ਮੈਕਸ ਡੋਮੀ ਨੇ ਪਸੰਦ ਨਹੀਂ ਕੀਤਾ ਮੈਂ ਵੀ ਥਾਈ ਡੋਮੀ ਕਹਿਣ ਲੱਗਾ ਸੀ ਤੇ ਰੈਕੋ ਗੁਰਸ ਨੂੰ ਇੱਕ ਵਾਰੀ ਫਿਰ ਸਜੇ ਦੇ ਡੱਬੇ ਨੂੰ ਭੇਜਦੇ ਆ